ਚੱਲ ਤੂੰ ਤੂੰ ਵੀ ਵਰਦੀ ਭਾਈ ਤਾਂ ਹੀ ਮੈਂ ਮਜਬੂਰ ਆ ਲਾ ਕੇ ਜਾ ਵਰਦੀ ਦੇਖ ਲੂੰਗਾ ਮੈਂ ਓਏ ਵਾ ਕੇ ਲਾ ਬੋਲ ਮੈਂ ਤੈਨੂੰ ਦੱਸਦਾ ਬੋਲ ਮੈਂ ਤੈਨੂੰ ਦੱਸਦਾ ਇਹ ਬੰਦੇ ਆਂਦੇ ਕਿਹਨੂੰ ਲੈ ਲੈ ਤਲਾਸ਼ੀ ਲੈ ਆਇਆ ਤਲਾਸ਼ੀ ਲੈ ਤਲਾਸ਼ੀ ਲੈ ਉਹ ਯਾਰ ਆ ਕੇ ਗੱਡੀ ਦੇ ਅੰਦਰ ਆਇਆ ਯਾਰ ਵਰਦੀ ਮੈਂ ਮਜਬੂਰ ਆ ਵਰਦੀ ਲਾ ਕੇ ਆਇਆ ਤੂੰ ਵਰਦੀ ਲਾ ਕੇ ਆਇਆ आए दिन ही पुलिस की गुंडागर्दी दी तस्वीरां सामने आउंदियां रहिंदियां ने। हुण एक बार फिर ताजा मामला जलंधर दे वर्कशॉप चौक तों सामने आए जिथे कि एतवार दी रात जोमैटो दी डिलीवरी करन वाले एक सिख नौजवान दे नाल पुलिस दे वल्लों धक्का मुक्की ते गाली गलौच करन दी गल सामने आई है। जवाब दे विच सिख नौजवान ने भी रोस प्रगटाउंदे होए पुलिस नूं धमकियां दित्तियां। सिख नौजवान ने दोष लगाए ने कि पुलिस दे वल्लों वर्कशॉप चौक ते नाका लगाया गया सी जिस दौरान उस नूं रुकण दा इशारा कीता गया अते बाद विच पुलिस मुलाजमां ने उस दे नाल गाली गलौच भी कीता। उत्थे तुहानूं दस दईए कि सिख नौजवान दे वल्लों मौके ते ही अपने परिवार ਮੈਂਬਰਾਂ ਨੂੰ ਬੁਲਾ ਲਿਆ ਗਿਆ ਸੀ। ਵੀਡੀਓ ਬਣਾ ਭੈਣ ਦੀ ਗਾਲਾਂ ਕੱਢਦੇ ਨੇ ਤੈਨੂੰ ਤੇਰੇ ਨਾਲ ਦਾ ਯਾਰ ਤੂੰ ਐਵੇਂ ਕਹੀ ਜਾਂਦਾ ਤੂੰ ਮੇਰੀ ਗਾਲ ਕੱਢੀ ਮੇਰੀ ਗਾਲ ਕੱਢੀ ਗਾਲ ਨਹੀਂ ਕੱਢੀ ਤੂੰ ਬੈਠ ਕੇ ਗਾਲ ਹਾਂਜੀ ਆ ਪੁੱਛੇ ਨਾ ਤੇਰੀ ਗਾਲ ਨਹੀਂ ਇੱਥੇ ਤੂੰ ਕਹਿੰਦਾ ਮੋਟਰਸਾਈਕਲ ਸਹੀ ਗੱਲ ਕਹਿ ਰਿਹਾ ਨਾ ਭਜਾਵੇਂ ਕਰਨਾ ਪਰ ਤੂੰ ਗਾਲ ਕੱਢੀ ਕਿ ਨਹੀਂ ਤੂੰ ਗਾਲ ਕੱਢੀ ਕਿ ਨਹੀਂ ਮੇਰੀ ਗੱਲ ਮੈਂ ਸੱਚ ਬੋਲਦਾ ਮੈਂ ਤੂੰ ਗਾਲ ਕੱਢੀ ਤੈਨੂੰ ਦੱਸ ਦੂ ਮੇਰੀ ਗੱਡੀ ਚ ਪਾਉਣ ਦੇ ਤੇਰੇ ਤੇ ਪਰਚਾ ਕਰਨਾ ਤੇਰੇ ਤੇ ਚਿੱਟੇ ਦਾ ਪਰਚਾ ਕਰਨਾ ਇਹ ਕਰਨਾ ਉਹ ਕਰਨਾ ਕਰਕੇ ਦੇਖੋ ਚਿੱਟੇ ਦਾ ਪਰਚਾ। ਦੂਜੇ ਪਾਸੇ ਜੇ ਪੁਲਿਸ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਨਾਕੇ ਦੇ ਦੌਰਾਨ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਜਿਸ ਤੋਂ ਬਾਅਦ ਕਿ ਨੌਜਵਾਨ ਨੇ ਮੋਟਰਸਾਈਕਲ ਭਜਾ ਲਿਆ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਉਸਨੇ ਗੁੰਡਾਗਰਦੀ ਵੀ ਕੀਤੀ। ਸਰਦਾਰ ਸਾਹਿਬ ਨੂੰ ਅਸੀਂ ਨਾਕੇ ਤੇ ਰੁਕਿਆ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਸਾਨੂੰ ਕਿਹਾ ਵੀ ਹਾਂ ਰੋਕਦੇ ਹਾਂ। ਰੋਕਣ ਤੋਂ ਬਾਅਦ ਇਹਨੇ ਮੋਟਰਸਾਈਕਲ ਬਹੁਤ ਤੇਜ਼ ਭਜਾਇਆ ਤੇ ਸਾਡੇ ਮੁਲਾਜ਼ਮਾਂ ਨੇ ਇਹਨਾਂ ਨੂੰ ਰੋਕਿਆ ਤੇ ਇਹਨੇ ਰੋਕਣ ਤੋਂ ਬਾਅਦ ਸਾਡਾ ਜੋ ਬਦਸਲੂਕੀ ਕੀਤੀ ਨਹੀਂ ਮੇਰਾ ਬਟਨ ਤੋੜਿਆ ਸ਼ਰਟ ਖਿੱਚੀ ਤੇ ਇਹਨੇ ਸਾਡੇ SHO ਸਾਹਿਬ ਨੂੰ ਵੀ ਕਿਹਾ ਕਹਿੰਦਾ ਆਪਣੇ SHO ਸਾਹਿਬ ਨੂੰ ਸੱਦੋ ਇੱਥੇ ਜਿਹੜਾ ਹੈਗਾ ਤੇ ਇਹਨੇ ਸਾਡੇ ਨਾਲ ਬਹੁਤ ਬਦਸਲੂਕੀ ਕੀਤੀ ਹੈ। ਤੇ ਗੱਲ ਹੋਈ ਕੀ ਭਾਈ ਸਰ ਇਹਨਾਂ ਨੂੰ ਆਪਾਂ ਨਾਕੇ ਤੇ ਰੋਕਿਆ ਨਾਕੇ ਤੇ ਨਹੀਂ ਰੁਕੇ ਇਹਨਾਂ ਨੇ ਮੋਟਰਸਾਈਕਲ ਤੇਜ਼ ਭਜਾਇਆ ਸਾਡੇ ਮੁਲਾਜ਼ਮਾਂ ਨੇ ਮਜ਼ੀ ਰੋਕੇ ਇਹਨਾਂ ਨੂੰ। ਤੁਹਾਡੇ ਕਲਿੱਪ ਕਲੁੱਪ ਬਣੇ ਵੀ ਕੋਈ ਵੀਡੀਓ ਬਣਾਈ ਵੀ ਤੁਸੀਂ ਬਣੀ ਪਈ ਆ ਸਰ ਮੀਡੀਆ ਵਾਲੇ ਕੋਲ ਮੁੰਡੇ ਇੱਥੇ ਆ ਗਏ ਮੌਕੇ ਤੇ ਉਹਨੇ ਵੀਡੀਓ ਬਣਾਈ ਆ ਤੁਸੀਂ ਮੇਰੇ ਤੇ ਕਲੇਮ ਲਗਾ ਰਹੇ ਆ ਵੀ ਮੈਂ ਗਾਲ ਕੱਢੀ ਤੇ ਹੁਣ ਤੁਸੀਂ ਇਹ ਚਾਹੁੰਦੇ ਕੀ ਆ ਭਾਈ ਇਹ ਤੋਂ ਮੈਂ ਚਾਹੁੰਦਾ ਵੀ ਇਹਨਾਂ ਨੂੰ ਸਰ ਇਹਨਾਂ ਬਾਅਦ ਕਾਰਵਾਈ ਕੀਤੀ ਜਾਵੇ ਏਦਾਂ ਤਾਂ ਕੋਈ ਵੀ ਸਾਨੂੰ ਵਰਦੀ ਨੂੰ ਹੱਥ ਪਾ ਸਕਦਾ ਆ ਦੇਖੋ ਮੇਰਾ ਬਟਨ ਤੋੜਿਆ ਮੇਰੀ ਯੂਨੀਫਾਰਮ ਬਾਹਰ ਕੱਢੀ ਨੇ ਜੀ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ ਟੀਵੀ NRI ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।